ਵਿਆਹ ਚੋਂ ਵਾਪਸ ਆ ਰਹੇ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ। ਪੁਰਾਣੀ ਰੰਜਿਸ਼ ਤੋਂ ਬਾਅਦ ਦਿੱਤਾ ਵਾਰਦਾਤ ਨੂੰ ਅੰਜਾਮ। ਆਜੋ ਤੁਸੀਂ ਨੌਜਵਾਨ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ, ਇਹ ਤਲਵੰਡੀ ਸਾਬੋ ਦੇ ਪਿੰਡ ਮਾਨਵਾਲਾ ਦਾ ਕਰਮਾ ਸਿੰਘ ਹੈ, ਜਿਹੜਾ ਕਿ ਆਪਣੇ ਦੋ ਸਾਥੀਆਂ ਦੇ ਨਾਲ ਕਿਸੇ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ। ਤਾਂ ਇਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਹੇ ਹੁੰਦੇ ਹੈ, ਤਾਂ ਕੁਝ ਨੌਜਵਾਨ ਜੋ ਕਿ ਇਸ ਤੋਂ ਖਹਿਬਾਜ਼ੀ ਰੱਖਦੇ ਨੇ, ਦੂਸਰੀ ਸਵਿਫਟ ਕਾਰ 'ਤੇ ਆਉਂਦੇ ਨੇ ਅਤੇ ਇਹਨਾਂ ਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੰਦੇ ਨੇ, ਜਿਸ ਕਾਰਨ ਇਹ ਨੌਜਵਾਨ ਨੀਚੇ ਡਿੱਗ ਪੈਂਦੇ ਨੇ। ਜਿਸ ਤੋਂ ਬਾਅਦ ਇਹ ਹਮਲਾਵਰ ਆਪਣੀ ਕਾਰ ਦੇ ਵਿੱਚੋਂ ਉੱਤਰ ਕੇ ਆਉਂਦੇ ਨੇ ਤਾਂ ਕਰਮਾ ਸਿੰਘ 'ਤੇ ਬੇਰਹਿਮੀ ਨਾਲ ਇਹ ਹਮਲਾ ਕਰਨ ਲੱਗ ਜਾਂਦੇ ਨੇ, ਜਿਸ ਕਾਰਨ ਉਸਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਅਤੇ ਬਾਕੀ ਦੋ ਨੌਜਵਾਨ ਵੀ ਗੰਭੀਰ ਜ਼ਖਮੀ ਹੋ ਜਾਂਦੇ ਨੇ। ਤਾਂ ਦੱਸ ਦੇ ਕਿ ਨੌਜਵਾਨਾਂ 'ਤੇ ਹਮਲਾ ਕੀਤਾ ਗਿਆ ਜਿਹੜਾ ਕਿ ਵਿਆਹ ਸਮਾਗਮ ਦੇ ਕੇ ਆ ਰਹੇ ਸੀ, ਤਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਦ ਆਪਣੇ ਪਿੰਡ ਵੱਲ ਨੂੰ ਜਾ ਰਹੇ ਹੁੰਦੇ ਆ ਤਾਂ ਸਵਿਫਟ ਕਾਰ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਇਹਨਾਂ 'ਤੇ ਹਮਲਾ ਕੀਤਾ ਜਾਂਦਾ। ਤਾਂ ਪਹਿਲਾਂ ਤਾਂ ਕਾਰ ਦੇ ਨਾਲ ਟੱਕਰ ਮਾਰ ਕੇ ਇਹਨਾਂ ਨੂੰ ਨੀਚੇ ਸੁੱਟ ਦਿੱਤਾ ਜਾਂਦਾ, ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਕਰਮਾ ਸਿੰਘ ਨਾਮ ਦੇ ਨੌਜਵਾਨ 'ਤੇ ਹਮਲਾ ਕੀਤਾ ਜਾਂਦਾ ਹੈ ਅਤੇ ਇੰਨੀ ਬੇਰਹਿਮੀ ਨਾਲ ਮਾਰਿਆ ਜਾਂਦਾ ਕਿ ਉਸਦੀ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਅਤੇ ਪੁਲਿਸ ਤੁਰੰਤ ਮੌਕੇ 'ਤੇ ਪਹੁੰਚਦੀ ਹੈ ਅਤੇ ਜਾ ਕੇ ਵੇਖਦੀ ਹੈ ਕਿ ਦੋ ਨੌਜਵਾਨ ਗੰਭੀਰ ਜ਼ਖਮੀ ਨੇ ਅਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ, ਜਦਕਿ ਦੂਸਰਾ ਨੌਜਵਾਨ ਦੀ ਹਾਲਤ ਵੇਖ ਕੇ ਪੁਲਿਸ ਵੀ ਹੈਰਾਨ ਹੋ ਜਾਂਦੀ ਹੈ ਕਿਉਂਕਿ ਇੰਨੀ ਬੇਰਹਿਮੀ ਦੇ ਨਾਲ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨਾਂ ਦੀ ਹਮਲਾਵਰਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਖਹਿਬਾਜ਼ੀ ਹੋਈ ਸੀ, ਜਿਸ ਤੋਂ ਬਾਅਦ ਦੂਸਰੀ ਧਿਰ ਨੇ ਮੌਕੇ 'ਤੇ ਆ ਕੇ ਇਹਨਾਂ 'ਤੇ ਹਮਲਾ ਕੀਤਾ ਅਤੇ ਕਰਮਾ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਦਕਿ ਦੋ ਨੌਜਵਾਨ ਹੋਰ ਉਸਦੇ ਸਾਥੀ ਸੀ ਜਿਹੜੇ ਉਹ ਗੰਭੀਰ ਜ਼ਖਮੀ ਹੋ ਜਾਂਦੇ ਨੇ, ਜਿਨ੍ਹਾਂ ਨੂੰ ਹਸਪਤਾਲ ਇਲਾਜ ਦੇ ਲਈ ਭਰਤੀ ਕਰਵਾ ਦਿੱਤਾ ਜਾਂਦਾ। ਤਾਂ ਵੱਡਾ ਮਾਮਲਾ ਸਾਹਮਣੇ ਆਇਆ ਤਲਵੰਡੀ ਸਾਬੋ ਦੇ ਵਿੱਚ, ਜਿੱਥੇ ਨੌਜਵਾਨਾਂ 'ਤੇ ਜਾਨਲੇਵਾ ਹਮਲਾ ਹੋਇਆ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਦੋ ਗੰਭੀਰ ਜ਼ਖਮੀ ਹੋ ਜਾਂਦੇ ਆ, ਅਤੇ ਹੁਣ ਪੁਲਿਸ ਇਹਨਾਂ ਹਮਲਾਵਰਾਂ ਦੀ ਭਾਲ ਦੇ ਵਿੱਚ ਜੁਟ ਗਈ ਹੈ। ਇਸ ਤਰ੍ਹਾਂ ਪਿੰਡ ਕੋਟ ਮਕਟੂ ਵਿਖੇ ਜਿਹੜਾ ਹੈਗਾ, ਕੱਲ੍ਹ ਸਾਨੂੰ ਇਤਲਾਹ ਮਿਲੀ ਸੀਗੀ ਵੀ ਉੱਥੇ ਸੂਏ 'ਤੇ ਕੋਈ ਜਿਹੜਾ ਬੰਦੇ ਹੈਗਾ ਉਹ ਮਤਲਬ ਸੱਟਾਂ ਵੱਟਾਂ ਵੱਜੀਆਂ ਹੋਈਆਂ ਅਤੇ ਉਹ ਉੱਥੇ ਡਿੱਗਿਆ ਪਿਆ। ਇਹਦੇ 'ਤੇ ਕਾਰਵਾਈ ਕਰਦੇ ਹੋਏ ਤੁਰੰਤ SHO ਰਾਮਾ ਜਿਹੜਾ ਹੈਗਾ ਮੌਕੇ 'ਤੇ ਪਹੁੰਚੇ ਸੀ ਅਤੇ ਮੈਂ ਵੀ ਉੱਥੇ ਮੌਕੇ 'ਤੇ ਪਹੁੰਚਿਆ ਸੀਗਾ ਅਤੇ ਅਸੀਂ ਉੱਥੋਂ ਜਿਹੜੀ ਹੈਗੀ ਆ ਉੱਥੇ ਦੇਖਿਆ ਇੱਕ ਜਿਹੜਾ ਹੈਗਾ ਕਰਮਾ ਸਿੰਘ ਨਾਮ ਦਾ ਵਿਅਕਤੀ, ਜਿਹੜਾ ਕਰਮਾ ਕਰ ਕਹਿੰਦੇ ਆ ਜਿਹਨੂੰ ਸ਼ੋਰਟ ਨੇਮ ਕਰਮਾ ਹੈ, ਕਰਮ ਸਿੰਘ ਉਹਦਾ ਪੁਰਾਣਾ ਹੈ, ਸਨ ਆਫ ਰੰਦੂ ਸਿੰਘ ਕੌਮ ਮਜ਼ਬੀ ਵਾਸੀ ਮਾਨਵਾਲਾ ਦਾ ਰਹਿਣ ਵਾਲਾ ਹੈ, ਇਹ ਜਿਹੜਾ ਹੈਗਾ ਉੱਥੇ ਮਤਲਬ ਜਿਹੜਾ ਹੈਗਾ ਮ੍ਰਿਤਕ ਹਾਲਤ ਦੇ ਵਿੱਚ ਪਿਆ ਸੀ ਅਤੇ ਇਹਦੇ ਨਾਲ ਦੇ ਦੋ ਵਿਅਕਤੀ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਜ਼ਖਮੀ ਹੋ ਗਏ ਸੀ, ਜਿਹਨਾਂ ਨੂੰ ਅਸੀਂ ਹਸਪਤਾਲ ਪਹੁੰਚਾਇਆ ਅਤੇ ਇਹ ਬਾਅਦ 'ਚ ਪਤਾ ਲੱਗਾ ਵੀ ਇਹ ਜਿਹੜੇ ਹੈਗੇ ਆ ਕੋਈ ਵਿਆਹ ਅਟੈਂਡ ਕਰਕੇ ਆ ਰਹੇ ਸੀ ਅਤੇ ਪਿੱਛੋਂ ਕਿਸੇ ਸਵਿਫਟ ਗੱਡੀ ਨੇ ਲਿਆ ਕੇ ਨੀਤ ਦੇ ਨਾਲ ਮਤਲਬ ਇਰਾਦਾ ਕਤਲ ਦੇ ਨਾਲ ਜਿਹੜਾ ਹੈਗਾ ਇਹਨਾਂ 'ਤੇ ਜਿਹੜਾ ਹੈਗਾ ਵਿੱਚ ਗੱਡੀ ਮਾਰੀ ਅਤੇ ਇਹਨਾਂ ਨੂੰ ਸੁੱਟਤਾ ਅਤੇ ਜਦੋਂ ਇਹ ਉੱਠ ਕੇ ਭੱਜਣ ਲੱਗਿਆ ਕਰਮਾ ਜਿਹੜਾ ਹੈਗਾ ਤਾਂ ਉਹ ਵਿਅਕਤੀਆਂ ਨੇ ਆ ਕੇ ਇਹਦੇ 'ਤੇ ਅਟੈਕ ਕਰਕੇ ਇਹਨੂੰ ਜਿਹੜਾ ਹੈਗਾ ਸੱਟਾਂ ਫਿੱਟਾਂ ਮਾਰੀਆਂ ਜਿਹਦੇ ਨਾਲ ਇਹਦੀ ਮੌਤ ਹੋ ਗਈ। ਵਜ੍ਹਾ ਰੰਜਿਸ਼ ਇਹ ਹੈਗੀ ਹੈ ਜਿੱਥੇ ਤੱਕ ਮੁੱਢਲੀ ਉਹਦੇ ਵਿੱਚ ਤਫਤੀਸ਼ ਸਾਨੂੰ ਪਤਾ ਲੱਗਿਆ ਹੈਗਾ, ਇਹਦੇ ਵਿੱਚ ਇਹ ਜਿਹੜੇ ਹੈਗੇ ਆਪਸ ਦੇ ਵਿੱਚ ਜਿਹੜਾ ਹੈ ਦੋਨੋਂ ਧਿਰਾਂ ਦਾ ਕੋਈ ਚੱਲਦਾ ਸੀਗਾ, ਪਹਿਲਾਂ ਤੋਂ ਹੀ ਇਹਨਾਂ ਦੀ ਖਹਿਬਾਜ਼ੀ ਚੱਲਦੀ ਸੀ ਅਤੇ ਦੋਨੋਂ ਹੀ ਆਪਣੇ ਆਪ ਨੂੰ ਜਿਹੜਾ ਹੈਗਾ ਮਤਲਬ ਜਿਹੜਾ ਘੁਰਲੀ ਘੈਂਟ ਮਤਲਬ ਉਹ ਕਹਿੰਦੇ ਸੀਗੇ, ਉਹ ਕਹਿੰਦਾ ਸੀ ਮੈਂ ਘੱਟ ਨਹੀਂ ਅਤੇ ਉਹ ਕਹਿੰਦਾ ਸੀ ਮੈਂ ਘੱਟ ਨਹੀਂ, ਇਹਦੇ ਕਰਕੇ ਇਹਨਾਂ ਦੀ ਪਹਿਲਾਂ ਤੋਂ ਖਹਿਬਾਜ਼ੀ ਚੱਲਦੀ ਸੀ, ਪਹਿਲਾਂ ਵੀ ਇਹਨਾਂ ਦਾ ਝਗੜਾ ਹੋਇਆ ਸੀ, ਇਹਨਾਂ ਦਾ ਜਿਹੜਾ ਹੈਗਾ ਜਿਹਦੇ ਕਰਕੇ ਇਹ ਵਾਰਦਾਤ ਜਿਹੜੀ ਹੈ ਕੱਲ੍ਹ ਅੰਜਾਮ ਦਿੱਤੀ ਹੈ।
ਤੇ ਹੋਰ ਬੰਦੇ ਵੀ ਜ਼ਖਮੀ ਹੋਏ ਸਨ ਇਹਦੇ ਨਾਲ, ਉਹਦੇ ਕਿਹੜੇ ਨੇ ਮੋਟਰਸਾਈਕਲ ਤੇ ਸੀ? ਹਾਂ, ਇਹ 3 ਜਣੇ ਮੋਟਰਸਾਈਕਲ ਤੇ ਸੀ ਤੇ ਪਿੱਛੋਂ ਉਹਨਾਂ ਨੇ ਜਿਹੜਾ ਦੋਸ਼ੀਆਂ ਨੇ ਲਿਆ ਕੇ ਜਿਹੜੀ ਹੈਗੀ ਹੈ ਗੱਡੀ ਇਹਨਾਂ ਦੇ ਵਿੱਚ ਮਾਰੀ ਤੇ ਬਾਅਦ ਦੇ ਵਿੱਚ ਇਹਨਾਂ ਦੇ ਸੱਟਾਂ ਮਾਰੀ। ਉਹ 2 ਜ਼ਖਮੀ ਹੈ ਜੀ? ਹਾਂ, ਉਹ 2 ਜ਼ਖਮੀ ਹੈਗੇ ਆ, ਉਹਨਾਂ 'ਚ ਇੱਕ ਬੰਦਾ ਜ਼ਖਮੀ ਹਸਪੀਟਲ 'ਚ ਹੈ ਤੇ ਦੂਜੇ ਦੇ ਮੂਲੀ ਸੱਟਾਂ ਲੱਗੀਆਂ ਕਿਉਂਕਿ ਉਹ ਜਾ ਕੇ ਖੇਤਾਂ ਦੇ ਵਿੱਚ ਡਿੱਗੇ। ਕੀ ਕਾਰਵਾਈ ਕਰੀ ਹੈ ਸਰ ਪੁਲਿਸ ਨੇ? ਇਹਦੇ ਤੇ ਕਾਰਵਾਈ ਕਰਦੇ ਹੋਏ ਅਸੀਂ ਜਿਹੜੀ ਹੈਗੀ ਹੈ FIR ਲੌਂਚ ਕਰਦੇ ਹੈਗੇ ਹੈ ਅੰਡਰ ਸੈਕਸ਼ਨ 302 IPC। ਸੁੱਖਾ ਸਿੰਘ ਤੇ ਨਾਲ ਇਹਦੇ ਹੋਰ ਵਿਅਕਤੀ ਹੈਗੇ ਹੈ 2 ਜਣੇ ਤੇ ਅਨਨੋਨ ਵਿਅਕਤੀ ਹੈਗੇ ਹੈ ਤੇ ਉਹਨਾਂ ਤੇ ਜਿਹੜੀ ਹੈਗੀ ਹੈ ਅਸੀਂ 302 ਧਾਰਾ ਦੇ ਅਧੀਨ ਜਿਹੜੀ ਹੈਗੀ